ਸੋ ਤੁਸੀਂ ਗੁਰਗਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਦੇ ਹਾਂ ਅੱਜ ਤੇ ਕੱਲ 24 ਤੇ 25 ਸਤੰਬਰ ਦੀ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਕੀ ਮੌਸਮੀ ਗਤੀਵਿਧੀਆਂ ਰਹਿਣਗੀਆਂ ਪੰਜਾਬ ਦੇ ਵਿੱਚ ਹੁਣ ਮੀਂਹ ਦੇ ਅਸਰ ਕਦੋਂ ਕਿਹੜੇ ਇਲਾਕਿਆਂ ਵਿੱਚ ਕਿੰਨੇ ਰਹਿਣਗੇ ਕਿਹੜੇ ਭਾਗਾਂ ਵਿੱਚ ਮੀਂਹ ਜ਼ਿਆਦਾ ਤੇ ਘੱਟ ਰਹੇਗਾ ਸੋ ਜੋ ਵੀ ਅੱਜ ਸਵੇਰ ਦੀ ਦਾਜ ਅਪਡੇਟ ਆ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਸੋ ਪਹਿਲਾ ਤਾਜ਼ਾ ਸੈਟੇਲਾਈਟ ਤਸਵੀਰ ਦੇਖਣ ਰਿਹਾ ਕਿ ਬੱਦਲਵਾਈ ਲਗਭਗ ਪੰਜਾਬ ਦੇ 90 ਤੋਂ 95% ਇਲਾਕੇ ਐਵੇਂ ਜੇ ਹਲਕੇ ਤੋਂ ਲੈ ਕੇ ਦਰਮਿਆਨੀ ਕੁਝ ਹਿੱਸਿਆਂ ਵਿੱਚ ਸੰਗਣੀ ਬਣੀ ਹੋਈ ਹੈ ਕਿਣਮਣ ਦਾ ਮਾਹੌਲ ਜਾਰੀ ਹੈ ਤੜਕੇ ਸਮੇਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦਰਮਿਆਨੇ ਪੱਧਰ ਦਾ ਮੀਂਹ ਬੁਛਾਰਾਂ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਹੈ ਤੇ ਹੁਣ ਗੱਲ ਕਰੀਏ ਅੱਜ ਦਿਨ ਦੀ ਤਾਂ ਦਿਨ ਦੇ ਸਮੇਂ ਲਗਭਗ ਬੱਦਲਵਾਈ ਇਸੇ ਤਰ੍ਹਾਂ ਬਣਦੀ ਰਹੇਗੀ ਲਗਭਗ ਮੌਸਮ ਸੁਧਰਨ ਦੇ ਅਸਾਰ ਨਹੀਂ ਹੋਣਗੇ ਬੱਦਲ ਬਈ ਇਸੇ ਤਰ੍ਹਾਂ ਆਵਾਜਾਈ ਹੁੰਦੀ ਰਹੇਗੀ ਕੁਝ ਭਾਗਾਂ ਵਿੱਚ ਦਰਮਿਆਨੀ ਕੁਝ ਵਿੱਚ ਸੰਘਣੀ ਤੇ ਮੀਂਹ ਵੀ ਲਗਭਗ ਇਸ ਤਰ੍ਹਾਂ ਰੋਕ ਰੋਕ ਕੇ ਆਪਾਂ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਹਲਕੇ ਦਰਮਿਆਨੇ ਫੋਦਰ ਦਾ ਦੇਖਣ ਨੂੰ ਮਿਲਦਾ ਰਹੇਗਾ ਇੱਕ ਦੋ ਭਾਗਾਂ ਵਿੱਚ ਥੋੜੇ ਬਹੁਤ ਮੀਂਹ ਦੇ ਜਿਹੜੇ ਦਰਮਿਆਨੇ ਸਪੈਲ ਹੋਣਗੇ ਉਹ ਵੀ ਕੁਝ ਅੱਧੇ ਘੰਟੇ ਦੇ ਆਸ-ਪਾਸ ਦੇ ਦੇਖਣ ਨੂੰ ਮਿਲਣਗੇ ਬਾਕੀ ਕਿਣਮਣ ਦਾ ਮਾਹੌਲ ਆ ਉਹ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਣ ਨੂੰ ਮਿਲਦਾ ਰਹੇਗਾ ਤੇ ਸ਼ਾਮ ਤੱਕ ਲਗਭਗ ਦੁਪਹਿਰ ਜਾਂ ਸ਼ਾਮ ਦੇ ਆਸ-ਪਾਸ ਤੱਕ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਤੇ ਸ਼ਾਮ ਦੇ ਕਰੀਬ ਲਗਭਗ ਫਿਰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਥੋੜੀ ਜਿਹੀ ਬੱਦਲਵਾਈ ਆਪਣਾ ਥੋੜਾ ਜਿਹਾ ਕਹਿਦੀ ਵੀ ਦਰਮਿਆਨੇ ਤੋਂ ਭਾਰੀ ਪੱਧਰ ਦਾ ਰੂਪ ਉਹ ਉਤਾਰਨ ਕਰੇਗੀ ਤੇ ਜਿਦੇ ਵਿੱਚ ਪੰਜਾਬ ਦੇ ਆਪਾਂ ਨੂੰ 30 ਤੋਂ ਲੈ ਕੇ 50% ਇਲਾਕੇ ਕਵਰ ਹੁੰਦੇ ਹੋਏ ਦੇਖਣ ਨੂੰ ਮਿਲਣਗੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸ਼ਾਮ ਦੇ ਆਸ-ਪਾਸ ਤੋਂ ਲੈ ਕੇ ਰਾਤ ਅਤੇ ਕੱਲ 25 ਸਤੰਬਰ ਦੀ ਸਵੇਰ ਤੱਕ ਦਰਮਿਆਨੇ ਤੋਂ ਲੈ ਕੇ ਭਾਰੀ ਪੱਧਰ ਦਾ ਮੀਂਹ ਹੋਣ ਦੇ ਅਸਾਰ ਨੇ ਉਹ ਜ਼ਿਆਦਾਤਰ ਬਣਦੇ ਹੋਏ ਨਜ਼ਰ ਆ ਰਹੇ ਨੇ ਸੋਚ ਦੇ ਵਿੱਚ ਜੇਕਰ ਗੱਲ ਕਰੀਏ ਆਪਾਂ ਪੰਜਾਬ ਦੇ ਮੈਪ ਦੇ ਉੱਪਰ ਤਾਂ ਇਸ ਵੇਲੇ ਜਿਹੜੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਮੀਂਹ ਦਾ ਅਸਰ ਹੋਣਗੇ ਉਹ ਲਗਭਗ ਹੋਣਗੇ ਜਿਵੇਂ ਸਾਰੇ ਆਪਣਾ ਸੰਗਰੂਰ ਦਾ ਇਲਾਕਾ ਹੋ ਗਿਆ ਪਟਿਆਲਾ ਹੋ ਗਿਆ ਨਾਲ ਲੱਗਦੇ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਲੁਧਿਆਣੇ ਦੇ ਇਲਾਕੇ ਹੋਗੇ ਇਸ ਤੋਂ ਇਲਾਵਾ ਨਵਾਂ ਸ਼ਹਿਰ ਤੱਕ ਦੇ ਭਾਗ ਹੁਸ਼ਿਆਰਪੁਰ ਹੋ ਗਿਆ ਕੁਝ ਭਾਗ ਜਲੰਧਰ ਕਪੂਰਥਲਾ ਦੇ ਸੋ ਇਹ ਜਿਹੜੇ ਸਾਰੇ ਭਾਗ ਹੋਣਗੇ ਸੋ ਇਨ੍ਹਾਂ ਭਾਗਾਂ ਦੇ ਵਿੱਚ ਦਰਮਿਆਨੇ ਤੋਂ ਲੈ ਕੇ ਭਾਰੀ ਬੱਦਲਬਾਈ ਅੱਜ ਆਪਾਂ ਨੂੰ ਸ਼ਾਮ ਦੇ ਆਸ-ਪਾਸ ਤੋਂ ਲੈ ਕੇ ਪੂਰੀ ਰਾਤ ਅਤੇ ਕੱਲ 25 ਸਤੰਬਰ ਦੀ ਸਵੇਰ ਤੱਕ ਦੇਖਣ ਨੂੰ ਮਿਲੇਗੀ ਸੋ ਇਸ ਸਮੇਂ ਦੌਰਾਨ ਇਨ੍ਹਾਂ ਭਾਗਾਂ ਦੇ ਵਿੱਚ ਜਿਹ ਨ ਲਗਾਏ ਨੇ ਇੰਨਾ ਭਾਗਾਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੇ ਜਿਹੜਿਆ ਸਾਰ ਨੇ ਉਹ ਬਣਦੇ ਹੋਏ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਤੋਂ ਬਿਨਾ ਇਹਨੂੰ ਆਪਾਂ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਦੇਖ ਸਕਦੇ ਹਾਂ ਲਗਭਗ ਇਸ ਤਰ੍ਹਾਂ ਜੇਕਰ ਇਸ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਜ਼ਿਆਦਾ ਮੀਂਹ ਦਾ ਸਾਰ ਹੋਣਗੇ ਤੇ ਅੱਧਰ ਜਿਹੜੇ ਪੱਛਮੀ ਭਾਗ ਨੇ ਇਹਨਾਂ ਭਾਗਾਂ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਜ਼ਰੂਰ ਦੇਖਣ ਨੂੰ ਮਿਲਣਗੀਆਂ ਕਿਉਂਕਿ ਬਦਲਬਾਈ ਬਣੇ ਹੀ ਆ ਪਰ ਮੀਂਹ ਥੋੜਾ ਜਿਆ ਪੂਰਬੀ ਇਲਾਕਿਆਂ ਦੇ ਮੁਕਾਬਲੇ ਘੱਟ ਰਹੇਗਾ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦਾ ਤੇ ਪੂਰਬੀ ਪਾਸਿਆਂ ਵਿੱਚ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਦੇ ਬਚਾਰਾ ਆਪਾਂ ਨੂੰ ਟਟਮੀ ਰੂਪ ਵਿੱਚ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਣਗੀਆਂ ਸੋ ਕੱਲ 25 ਸਤੰਬਰ ਤੱਕ ਮਾਹੌਲ ਆ ਜਿਹੜਾ ਇਸੇ ਤਰ੍ਹਾਂ ਬੱਦਲਵਾਈ ਵਾਲਾ ਬਣਿਆ ਰਹੇਗਾ ਦੁਪਹਿਰ ਦੇ ਆਸ-ਪਾਸ ਤੋਂ ਥੋੜਾ ਬਹੁਤ ਫਿਰ ਸੁਧਾਰ ਹੋਣਾ ਮੌਸਮ ਦੇ ਵਿੱਚ ਸ਼ੁਰੂ ਹੋਵੇਗਾ ਪਰ ਕੱਲ 25 ਸਤੰਬਰ ਨੂੰ ਪੂਰੀ ਤਰ੍ਹਾਂ 100% ਮੌਸਮ ਸਾਫ਼ ਨਹੀਂ ਹੋਵੇਗਾ ਟੁੱਟਵੇਂ ਰੂਪ ਵਿੱਚ ਬੱਦਲਵਾਈ ਨਾਲ ਹਲਕੇ-ਫੁਲਕੇ ਮੀਂਹ ਦੇ ਛਰਾਟੇ ਆਉਂਦੇ ਜਾਂਦੇ ਆਪਾਂ ਨੂੰ ਅਚਾਨਕ ਦੇਖਣ ਨੂੰ ਮਿਲਦੇ ਰਹਿਣਗੇ ਤੇ ਉਸ ਤੋਂ ਬਾਅਦ 26 ਸਤੰਬਰ ਤੋਂ ਮੌਸਮ ਸੁਧਰਨ ਦੇ ਅਸਾਰ ਨੇੜੇ ਕਾਫੀ ਜ਼ਿਆਦਾ ਬਣ ਰਹੇ ਨੇ ਬਾਕੀ ਅਗਲੀ ਅਪਡੇਟ ਅਗਲੇ ਘੰਟੇ ਵਿੱਚ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਲਗਾਤਾਰ ਮੌਸਮ ਪੰਜਾਬ ਦੀ